ਹੈਲੋ ਫਰੈਂਡਸ ਤੁਹਾਡੇ ਆਪਣੇ YouTube ਚੈਨਲ ਲੈਸਟ ਟੂਡੇ ਤੇ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਚੰਦਰਪਾਲ ਇੱਕ ਮੋਸਟ ਇੰਪੋਰਟੈਂਟ ਵੀਡੀਓ ਲੈ ਕੇ ਫਿਰ ਤੋਂ ਤੁਹਾਡੇ ਨਾਲ ਹਾਜ਼ਰ ਹੋ ਗਏ ਹਾਂ ਜੀ ਪੰਜਾਬ ਯੂਨੀਵਰਸਿਟੀ ਦੇ ਇਗਜ਼ਾਮ ਜਿਹੜੇ ਆਫਲਾਈਨ ਹੋਣਗੇ ਇਸ ਵਾਰ ਤੋਂ ਉਸ ਦੇ ਰਿਗਾਰਡਿੰਗ ਜਿਹੜੀ ਪਹਿਲਾਂ ਹੀ ਅਪਡੇਟ ਮੈਂ ਦੇ ਚੁੱਕਿਆ ਸੀ ਕਿ ਤੁਹਾਡੇ ਜਿਹੜੇ ਇਗਜ਼ਾਮ ਨੇ ਉਹ ਆਫਲਾਈਨ ਹੋਣਗੇ ਤੇ ਜਿਹੜਾ ਇਸ ਮੰਥ ਜੂਨ ਦੇ ਵਿੱਚ ਜਿਹੜੇ ਹੈ ਇਗਜ਼ਾਮ ਤੁਹਾਡੇ ਸਟਾਰਟ ਹੋ ਜਾਣਗੇ ਇਸ ਦੇ ਲਈ ਜਿਹੜੀ ਯੂਜੀ ਤੇ ਪੀਜੀ ਦੀ ਜਿਹੜੀ ਡੇਟ ਸੀਟ ਹੈ ਜੀ ਈਵਨ ਸੈਮੈਸਟਰ ਸੈਕੰਡ ਫੋਰਥ ਤੇ 6th ਸੈਮੈਸਟਰ ਦੀ ਜਿਹੜੀ ਡੇਟ ਸੀਟ ਹੈ ਉਹ ਅਪਲੋਡ ਕਰ ਦਿੱਤੀ ਗਈ ਹੈ ਇਹ ਤੁਸੀਂ ਡੇਟ ਸੀਟ ਹੈ ਸਾਰੀ ਇਸ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਬਾਕੀ ਟੈਲੀਗ੍ਰam ਗਰੁੱਪ ਵਿੱਚ ਮੈਂ ਸ਼ੇਅਰ ਕਰ ਦਿਆਂਗਾ ਤੁਸੀਂ ਜਾ ਕੇ ਟੈਲੀਗ੍ਰam ਗਰੁੱਪ ਨੂੰ ਜੁਆਇਨ ਕਰਕੇ ਉੱਥੋਂ ਵੀ ਜਿਹੜੀ ਹੈ ਡੇਟ ਸੀਟ ਡਾਊਨਲੋਡ ਕਰ ਸਕਦੇ ਹੋ ਫੇਰ ਵੀ ਕੋਈ ਤੁਹਾਡਾ ਡਾਊਟ ਰਹਿੰਦਾ ਹੈ ਕਮੈਂਟ ਕਰ ਦੇਣਾ ਜੀ ਤੁਸੀਂ ਆਪਣਾ ਐਡਮਿਟ ਕਾਰਡ ਕਿਵੇਂ ਡਾਊਨਲੋਡ ਕਰ ਸਕਦੇ ਹੋ ਇਸ ਦੇ ਰਿਗਾਰਡਿੰਗ ਮੈਂ ਆਲਰੇਡੀ ਵੀਡੀਓ ਬਣਾਇਆ ਹੋਇਆ ਹੈ ਜਿਹੜਾ ਤੁਹਾਨੂੰ ਪਲੇਲਿਸਟ ਦੇ ਵਿੱਚ ਮਿਲ ਜਾਏਗਾ ਪੰਜਾਬ ਯੂਨੀਵਰਸਿਟੀ ਦੀ ਪੂਰੀ ਪਲੇਲਿਸਟ ਬਣੀ ਹੋਈ ਹੈ ਜੀ ਇਸ ਤੋਂ ਇਲਾਵਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਬੈਲ ਆਈਕਨ ਪ੍ਰੈਸ ਕਰ ਦੇਣਾ ਜੋ ਵੀ ਯੂਨੀਵਰਸਿਟੀ ਰਿਲੇਟਡ ਐਗਜ਼ਾਮ ਰਿਲੇਟਡ ਜੋ ਵੀ ਇਨਫੋਰਮੇਸ਼ਨ ਹੋਏਗੀ ਪੰਜਾਬ ਯੂਨੀਵਰਸਿਟੀ ਦੇ ਉਹ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਏਗੀ ਇਸ ਦੇ ਲਈ ਤੁਸੀਂ ਕੀ ਕਰ ਸਕਦੇ ਹੋ ਜੀ ਤੁਸੀਂ ਪੰਜਾਬ ਯੂਨੀਵਰਸਿਟੀ ਦੇ ਜਿਹੜਾ ਇੱਕ ਕਾਲਮ ਬਣਿਆ ਹੋਇਆ ਜੀ ਐਗਜ਼ਾਮੀਨੇਸ਼ਨ ਦੇ ਵਿੱਚ ਜਾ ਕੇ ਡੇਟ ਸੀਟ ਦੇ ਵਿੱਚ ਕਲਿੱਕ ਕਰਕੇ ਤੁਸੀਂ ਸਾਰੀ ਜੋ ਵੀ ਹੈ ਯੂਜੀ ਪੀਜੀ ਦੀ ਉਹ ਤੁਸੀਂ ਜਿਹੜੀ اپنی ڈیٹ شیٹ ہے وہ چیک کر سکتے ہو ٹھیک ہے جی ਤੁਸੀਂ دیکھ رہے ہو ਇਹ ساری ਜਿਹੜੀ ڈیٹ شیٹ ਹੈ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਤੁਹਾਨੂੰ ਮਿਲ ਜਾਏਗੀ ਜੀ اے بی اے ਬੀ ਐਸ ਸੀ ਜਨਰਲ ਸੈਕੰਡ ਸੈਮੈਸਟਰ ਫੁੱਲ ਸੈਮੈਸਟਰ ਸਬਜੈਕਟ ਰੀਪੀਅਰ ਡੈਫੀ ਡੈਫੀਸ਼ੈਂਸ ਇੰਪਰੂਵਮੈਂਟ ਤੇ ਇਸ ਤੋਂ ਲਾ ਬੀ اے ਬੀ ਐਸ ਸੀ ਜਨਰਲ ਆਨਰਸ ਫੋਰ ਸੈਮੈਸਟਰ ਦੀ ਤੇ 6 ਸੈਮੈਸਟਰ ਦੀ ਜਿਹੜੀ ڈیٹ ਸ਼ੀਟ ਹੈ ਉਹ ਆ ਚੁੱਕੀ ਹੈ ਆਪਾਂ ਡਿਸਕਸ ਕਰਦੇ ਹਾਂ ਜੀ ਕਦੋਂ ਤੁਹਾਡੇ ਜਿਹੜੇ ਪੇਪਰ ਸਟਾਰਟ ਹੋ ਜਾਣਗੇ ਤੇ ਤੁਸੀਂ ਇੱਕ ਵਾਰ ਪਲੀਜ਼ ਟੈਲੀਗ੍ਰਾਮ ਗਰੁੱਪ ਵੀ ਜਰੂਰ ਚਲੇ ਜਾਣਾ ਉੱਥੇ ساری ڈیٹ ਸ਼ੀਟ ਤੁਹਾਨੂੰ ਪ੍ਰੋਪਰ ਮਿਲ ਜਾਏਗੀ ਹਾਂਜੀ ਇਹ ਤੁਸੀਂ ਪੰਜਾਬ ਯੂਨੀਵਰਸਿਟੀ ਦੇ ਬੀਏ ਬੀਐਸਸੀ ਸੈਕੰਡ ਸੈਮੈਸਟਰ ਦੀ ਜਿਹੜੀ ਇਹ ਡੇਟ ਸੀਟ ਤੁਸੀਂ ਵੇਖ ਸਕਦੇ ਹੋ ਆਫਲਾਈਨ ਮੂਡ ਦੇ ਵਿੱਚ ਇਗਜ਼ਾਮ ਹੋਣਗੇ ਜੂਨ ਜੁਲਾਈ ਦੇ ਵਿੱਚ ਇਗਜ਼ਾਮ ਤੁਹਾਡੇ 22 ਵੈਡਨਸਡੇ ਜਿਹੜਾ ਜੂਨ ਦੇ ਵਿੱਚ ਹੈ ਉਹ ਸਟਾਰਟ ਹੋ ਜਾਣਗੇ ਸਭ ਤੋਂ ਪਹਿਲਾਂ ਇੰਗਲਿਸ਼ ਕੰਪਲਸਰੀ ਫਾਰ ਬੀਏ ਓਨਲੀ ਸਟੂਡੈਂਟ ਉਹਨਾਂ ਦੇ ਲਈ ਜਿਹੜਾ ਹੈਗਾ ਜੀ ਇਸ ਤੋਂ ਇਲਾਵਾ 23 24 25 28 29 30 ਜੁਲਾਈ ਦੇ ਵਿੱਚ ਦੋ ਇਹ ਸਾਰਾ ਤੁਸੀਂ ਆਪਣਾ ਪੇਪਰ ਹੈ ਤੁਸੀਂ ਜੋ ਵੀ ਤੁਹਾਡਾ ਪੇਪਰ ਹੈ ਉਸ ਹਿਸਾਬ ਨਾਲ ਤੁਸੀਂ ਦੇਖ ਸਕਦੇ ਹੋ ਤਾਂ ਇਹ एग्जाम ਤੁਹਾਡੇ ਹੈ ਜੁਲਾਈ ਦੇ ਲਾਸਟ ਤੱਕ ਜਿਹੜੇ ਹੈ ਚੱਲਣਗੇ 26 ਜੁਲਾਈ ਤੱਕ ਤੁਹਾਡੇ ਜਿਹੜੇ ਹੈ ਪੇਪਰ ਹੋਣਗੇ ਇਹ ਤੁਸੀਂ ਆਪਣਾ ਪੇਪਰ ਦੇਖ ਸਕਦੇ ਹੋ ਜੋ ਵੀ ਤੁਹਾਡਾ ਇਲੈਕਟਿਵ ਜਿਵੇਂ ਇੰਗਲਿਸ਼ ਰੱਖਿਆ ਹੋਇਆ ਹੈ 13 ਜੁਲਾਈ ਦਾ ਪੇਪਰ ਹੈ ਹਿੰਦੀ ਪੰਜਾਬੀ ਜੋ ਵੀ ਤੁਸੀਂ ਇਹ ਬੀਏ ਸੈਕੰਡ ਜਿਹੜਾ ਸਮੈਸਟਰ ਹੈ ਉਸ ਦਾ ਹੈ ਜੀ ਇਸ ਤੋਂ ਇਲਾਵਾ 6th ਸਮੈਸਟਰ 4th ਸਮੈਸਟਰ ਦੀ ਵੀ ਡੇਟ ਸੀਟ ਮੈਂ ਤੁਹਾਨੂੰ ਦੱਸ ਦਿੰਦਾ ਇਹ 4th ਸਮੈਸਟਰ ਦੀ ਹੈ ਜੀ ਇਹ 4th ਸਮੈਸਟਰ ਦੇ ਜਿਹੜੇ 22 ਨੂੰ ਜਿਹੜਾ ਐਗਜ਼ਾਮ ਹੋਏਗਾ ਜੂਨ ਨੂੰ ਇਸ ਤਰੀਕੇ ਦੇ ਨਾਲ ਤੁਸੀਂ ਵੇਖ ਸਕਦੇ ਹੋ ਇਹ ਸਾਰੀ ਡੇਟ ਸੀਟ ਤੁਹਾਨੂੰ ਮਿਲ ਜਾਏਗੀ ਜੀ Telegram ਗਰੁੱਪ ਦੇ ਵਿੱਚ ਇਹ ਤੁਸੀਂ ਪਲੀਜ਼ ਇੱਕ ਵਾਰ ਜਾ ਕੇ ਜ਼ਰੂਰ ਵੇਖ ਲੈਣਾ MA ਦੀ ਵੀ ਮੈਂ ਦੱਸ ਦਿੰਦਾ ਜੀ MA ਦੇ ਜਿਹੜੇ ਆਏ ਨੇ ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਕੋਈ ਡਾਊਟ ਰਹਿੰਦਾ ਤਾਂ ਕਮੈਂਟ ਜ਼ਰੂਰ ਏ ਜੀ 6th semesters ਦਾ ਜਿਹੜਾ एग्जाम ਹੈ ਇਹ ਵੀ 22 ਤੋਂ 22 ਤਰੀਕ ਤੋਂ ਤੁਹਾਡੇ ਹੈ 22 ਜੂਨ ਤੋਂ ਲਾਸਟ ਵੀਕ ਆਫ ਜੂਨ ਤੋਂ ਤੁਹਾਡੇ एग्जाम स्टार्ट ਨੇ ਤੇ ਜੁਲਾਈ ਦੇ ਲਾਸਟ ਵੀਕ ਤੱਕ ਜਿਹੜੇ ਹੈ ਵਕ ਵਕ ਕਲਾਸਿਸ ਦੇ एग्जाम ਚੱਲਣਗੇ ਟਾਈਮ ਤੁਸੀਂ ਨੋਟ ਕਰ ਲਓ ਜੀ 9:30 ਤੋਂ ਲੈ ਕੇ ਸਵੇਰੇ ਦੁਪਹਿਰ 12 ਵਜੇ ਤੱਕ ਤੁਹਾਡੇ ਜਿਹੜੇ 6th semester ਵਾਲਿਆਂ ਦੇ ਪੇਪਰ ਹੋਣਗੇ ਇੱਕ ਵਾਰ ਪਲੀਜ਼ ਤੁਸੀਂ ਟਾਈਮ ਜਰੂਰ ਵੇਖ ਲੈਣਾ ਜੀ ਫੁੱਲ ਸੈਮੈਸਟਰ ਫੁੱਲ ਸਬਜੈਕਟ ਰੀਪੀਅਰ ਡੈਫੀਸ਼ੀਐਂਸ ਇੰਪਰੂਵਮੈਂਟ ਤੇ ਇੰਪਰੂਵਮੈਂਟ ਪਰਫਾਰਮੈਂਸ ਦੇ ਹੈ ਐਡੀਸ਼ਨਲ ਦੇ ਹੈ ਇਹ ਐਗਜ਼ਾਮ ਜਿਹੜੇ ਤੁਹਾਡੇ ਆਫਲਾਈਨ ਮੋਡ ਦੇ ਵਿੱਚ ਹੋਣਗੇ ਇਹ ਤੁਸੀਂ ਸਾਰਾ ਵੇਖ ਸਕਦੇ ਹੋ ਆਪਣੀ ਡੇਟ ਸ਼ੀਟ ਇੱਕ ਵਾਰ ਜ਼ਰੂਰ ਨੋਟ ਡਾਊਨ ਕਰ ਲੈਣਾ ਜੀ ਤਾਂ ਕਿ ਤੁਹਾਨੂੰ ਇਨ ਫਿਊਚਰ ਕਿਸੇ ਵੀ ਪ੍ਰਕਾਰ ਦੀ ਕੋਈ ਪ੍ਰੋਬਲਮ ਨਾ ਹੋਵੇ ਇਸ ਤਰੀਕੇ ਦੇ ਨਾਲ ਐਮਏ ਦੇ ਜਿਹੜੇ ਐਗਜ਼ਾਮ ਨੇ ਉਹ ਵੀ ਮੈਂ ਡੇਟ ਸ਼ੀਟ ਤੁਹਾਡੇ ਨਾਲ ਸਾਂਝੀ ਕਰ ਦਿੰਦਾ ਐਮਏ ਸੈਕਿੰਡ ਸੇਮ ਦੇ ਐਮਏ ਐਮਐਸਸੀ ਐਮਕੋਮ ਐਮਬੀਏਡ ਇਹ ਸਾਰਿਆਂ ਦੇ ਹੈ ਜੀ ਜਿਹੜੇ ਐਗਜ਼ਾਮ ਇਹ 28 ਜੂਨ ਤੋਂ ਸਟਾਰਟ ਹੋਣਗੇ ਤੁਸੀਂ ਆਪਣਾ ਪੇਪਰ ਇਸ ਦੇ ਵਿੱਚ ਵੇਖ ਸਕਦੇ ਹੋ ਜਿਵੇਂ ਹਿਸਟਰੀ ਦਾ ਫਸਟ ਪੇਪਰ ਪੰਜਾਬ ਇੰਦ ਹੈ 18th ਸੈਂਚੁਰੀ ਦਾ ਪੇਪਰ ਤੁਹਾਡਾ ਜਿਹੜਾ 28 ਨੂੰ ਹੋਏਗਾ ਇਸੇ ਤਰੀਕੇ ਦੇ ਨਾਲ ਪੋਲਿਟੀਕਲ ਐਡਮਿਨਿਸਟ੍ਰੇਟਿਵ ਜੋ ਵੀ ਤੁਹਾਡਾ ਸਬਜੈਕਟ ਲਿਆ ਹੋਇਆ ਹੈ ਮਾਸਟਰ ਦੇ ਵਿੱਚ ਉਹ ਤੁਸੀਂ ਆਪਣਾ ਪੇਪਰ ਇਸ ਦੇ ਵਿੱਚ ਵੇਖ ਸਕਦੇ ਹੋ ਇਹ ਵੀ ਜਿਹੜੇ ਐਗਜ਼ਾਮ ਨੇ ਇਹ ਜੂਨ ਦੇ ਵਿੱਚ ਸਟਾਰਟ ਹੋਣਗੇ ਤੇ ਜੁਲਾਈ ਦੇ ਲਾਸਟ ਤੱਕ ਤੁਹਾਡੇ ਐਗਜ਼ਾਮ ਜਿਹੜੇ ਚੱਲਦੇ ਜਾਣਗੇ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਸਾਰੀ ਡੇਟ ਸ਼ੀਟ ਹੈ ਜਿਹੜੀ ਆ ਗਈ ਹੈ ਟੈਲੀਗ੍ਰਾਮ ਗਰੁੱਪ ਦੇ ਵਿੱਚ ਮਿਲ ਜਾਏਗੀ ਤੁਸੀਂ ਆਪਣੇ ਇਗਜ਼ਾਮ ਆਫਲਾਈਨ ਹੋਣਗੇ ਤਿਆਰੀ ਸਟਾਰਟ ਕਰ ਦਿਓ ਜੀ ਨੋਟਸ ਤੋਂ ਜਾਂ ਜਿਸ ਤਰੀਕੇ ਦੇ ਨਾਲ ਵੀ ਕਰ ਸਕਦੇ ਹੋ ਤਾਂ ਇਹ ਇੱਕ ਛੋਟੀ ਜੀ ਇਨਫੋਰਮੇਸ਼ਨ ਸੀ ਕੱਲ ਦੀ ਜਿਹੜੀ ਹੈ ਇਹ ਡੇਟ ਸੀ ਟਾਈ ਹੋਈ ਹੈ ਜਿਵੇਂ ਟਾਈਮ ਲੱਗਿਆ ਤੁਹਾਡੇ ਨਾਲ ਇਹ ਇਨਫੋਰਮੇਸ਼ਨ ਸਾਂਝੀ ਕਰ ਰਹੇ ਹਾਂ ਜੀ ਵੀਡੀਓ ਕਿਦਾਂ ਲੱਗੀ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਮੋਰ ਅਪਡੇਟ ਦੇ ਲਈ ਤੁਸੀਂ ਟੈਲੀਗ੍ਰam ਪਲੀਜ਼ ਜਰੂਰ ਜੁਆਇਨ ਕਰ ਲੈਣਾ ਥੈਂਕ ਯੂ ਵੈਰੀ ਮੱਚ ਹੈਵ ਅ ਨਾਈਸ ਡੇ ਮਿਲਦੇ ਹਾਂ ਫਿਰ ਇੱਕ ਨਵੇਂ